ਕੈਬਨਿਟ ਮੰਤਰੀ ਓਪੀ ਸੋਨੀ ਸਾਡੇ ਨਾਲ ਆ। ਸਰ, ਜੋ ਬਲਾਸਟ ਅੰਮ੍ਰਿਤਸਰ 'ਚ ਹੋਇਆ ਕਿਸ ਤਰ੍ਹਾਂ ਦੇਖੋ? ਵੇਖੋ, ਜਿਹੜਾ ਬਲਾਸਟ ਹੋਇਆ ਬੜੀ ਮੰਦਭਾਗੀ ਘਟਨਾ ਹੋਈ ਆ। ਮੈਂ ਜਲੰਧਰ ਸੀ, ਮੇਰਾ ਫੰਕਸ਼ਨ ਸੀ ਜਲੰਧਰ। ਸੋ ਮੈਂ ਉਸ ਵੇਲੇ, ਮੈਨੂੰ ਜਲੰਧਰ ਪਤਾ ਲੱਗਾ ਵੀ ਆਹ ਕੰਮ ਹੋ ਗਿਆ, ਬਲਾਸਟ ਹੋਇਆ ਅੰਮ੍ਰਿਤਸਰ। ਸੋ ਮੈਂ ਪਹੁੰਚਿਆ, ਫੰਕਸ਼ਨ ਛੱਡ ਕੇ, ਵਿੱਚੇ ਛੱਡ ਕੇ ਪਹੁੰਚ ਗਿਆ ਮੈਂ। ਸੋ ਮੈਂ ਜੋ ਵੇਖਿਆ, ਤਿੰਨ ਸਾਡੇ ਜਿਹੜੇ ਨੇ ਇੱਥੋਂ ਦੇ ਜਿਹੜੇ ਸ਼ਰਧਾਲੂ ਸੀ, ਉਹ ਉਹਨਾਂ ਦੀਆਂ ਜਾਨਾਂ ਗਈਆਂ ਨੇ। ਬਾਕੀ 15-16 ਜਿਹੜੇ ਨੇ ਉਹ ਇੰਜਰਡ ਹੋਏ ਨੇ। ਸੋ ਉਹਨਾਂ ਨੂੰ ਹਸਪਤਾਲਾਂ 'ਚ ਪਹੁੰਚਾਇਆ ਗਿਆ। ਡਿਪਟੀ ਕਮਿਸ਼ਨਰ, ਸਾਰਾ ਸਾਡੀ ਜਿੰਨੀ ਵੀ ਸਾਡੇ ਪ੍ਰਸ਼ਾਸਨ ਆ, ਉਹਨਾਂ ਨੇ ਬੜੀ ਕੇਅਰ ਕਰਕੇ ਇਹਨਾਂ ਨੂੰ, ਸਾਰਿਆਂ ਨੂੰ ਹਸਪਤਾਲਾਂ 'ਚ ਪਹੁੰਚਾਇਆ। ਸੋ ਜਿਹੜੀਆਂ ਜਾਨਾਂ ਗਈਆਂ ਵਾਪਸ ਨਹੀਂ ਆ ਸਕਦੀਆਂ। ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ, ਹੋਇਆ ਕਿਉਂ ਆ, ਕਿਸ ਤਰ੍ਹਾਂ ਹੋਇਆ। ਸੋਨੀ ਸਰ, ਤੁਸੀਂ ਅੰਦਰ ਗਏ ਸੀਗੇ ਨਿਰੰਕਾਰੀ ਭਵਨ ਦੇ ਵਿੱਚ, ਕੀ ਸਥਿਤੀ ਕੀ ਆ ਉੱਥੇ, ਤੁਸੀਂ ਜੋ ਦੇਖਿਆ ਉਹਦੇ ਬਾਰੇ ਬਿਆਨ ਕਰੋ। ਵੇਖੋ, ਇਨਵੈਸਟੀਗੇਸ਼ਨ ਉੱਥੇ ਚੱਲ ਰਹੀ ਆ, ਸਾਰੀਆਂ ਸਾਡੀ ਜਿਹੜੀ ਫੋਰਸ ਆ, ਜਿਹੜੇ ਸਾਡੇ ਉੱਪਰਲੇ ਅਫਸਰ ਨੇ, ਉਹ ਸਾਰੇ ਲੱਗੇ ਨੇ, ਵੇਖ ਰਹੇ ਨੇ। ਛੇਤੀ ਪਤਾ ਲੱਗ ਜਾਏਗਾ ਕਿ ਇਹਦੇ ਪਿੱਛੇ ਹੱਥ ਕੀ ਆ, ਅੱਤਵਾਦ ਦਾ ਹੱਥ ਆ ਜਾਂ ਕਿ ਸ਼ਰਾਰਤੀ ਨੇ ਕੰਮ ਕੀਤਾ। ਸੋ ਅਜੇ ਪੂਰਾ ਕਲੀਅਰ ਨਹੀਂ ਹੋ ਰਿਹਾ। ਸੋ ਮੈਂ ਸਮਝਣਾ ਜੋ ਹੋਇਆ ਬੜਾ ਹੀ ਮਾੜਾ ਕੰਮ ਹੋਇਆ। ਪੰਜਾਬ ਭਰ ਦੇ ਵਿੱਚ ਹਾਈ ਅਲਰਟ ਆ, ਗ੍ਰਨੇਡ ਦੱਸਿਆ ਜਾ ਰਿਹਾ ਕਿ ਉੱਥੇ ਸੁੱਟਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਕਿੱਦਾਂ ਦੇ ਇੰਤਜ਼ਾਮ ਸੀਗੇ, ਕਿਉਂਕਿ ਪੰਜਾਬ ਦੇ ਵਿੱਚ ਹਾਈ ਅਲਰਟ ਹੋਣਾ, ਅੰਮ੍ਰਿਤਸਰ ਦੇ ਵਿੱਚ ਮੂਸਾ ਵਰਗਾ ਅੱਤਵਾਦੀ ਦੇਖਿਆ ਜਾਣਾ, ਉਸ ਤੋਂ ਬਾਅਦ ਬੰਬ ਬਲਾਸਟ ਹੋਣਾ, ਵੱਡੀ ਘਟਨਾ? ਵੇਖੋ, ਗੱਲ ਆ, ਤੁਸੀਂ ਵੇਖ ਰਹੇ ਹੋ ਹਰ ਚੌਂਕ 'ਚ, ਹਰ ਜਗ੍ਹਾ 'ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ, ਜਗ੍ਹਾ ਜਗ੍ਹਾ 'ਤੇ ਨਾਕੇ ਲੱਗੇ ਆ। ਹੁਣ ਹਰ ਜਗ੍ਹਾ 'ਤੇ ਪੁਲਿਸ ਜਿਹੜੀ ਆ ਸਾਰੀ ਜਾ ਨਹੀਂ ਸਕਦੀ। ਉਹਨਾਂ ਨੇ ਇਸ ਕੰਮ ਦਾ ਫਾਇਦਾ ਲਿਆ ਹੋਊਗਾ, ਜਿਹੜੇ ਬੰਦੇ ਕੋਈ ਸ਼ਰਾਰਤੀ ਹੋਣਗੇ ਜਾਂ ਅੱਤਵਾਦੀ, ਜਿਹੜੇ ਜੋ ਵੀ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ। ਸੋ ਮੈਂ ਸਮਝਣਾ ਪੁਲਿਸ, ਇਹ ਨਹੀਂ ਵੀ ਸਰਕਾਰ ਵੱਲੋਂ ਕੋਈ ਢਿੱਲ ਵਰਤੀ ਜਾ ਰਹੀ ਆ, ਸਰਕਾਰ ਦੀ ਇੱਕੋ ਸੋਚ ਆ। ਸੀ ਐੱਮ ਸਾਹਿਬ ਦਾ ਇੱਕੋ ਹੀ ਕਹਿਣਾ ਕਿ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਾ। ਸੋ ਵੇਖੋ ਤੁਸੀਂ, ਕਿੰਨਾ ਚਿਰ, 1.5 ਸਾਲ ਹੋ ਗਿਆ ਸਰਕਾਰ ਬਣੀ ਨੂੰ। ਸੋ ਸਾਡੀ ਫੋਰਸਿਸ ਪੂਰਾ ਕੰਮ ਕਰ ਰਹੇ ਨੇ, ਸੀ ਐੱਮ ਸਾਹਿਬ ਸਾਡੇ ਜਿਹੜੇ ਨੇ ਉਹ ਇਸ ਕੰਮ ਵੱਲ ਬੜੇ ਤਗੜੇ ਹੋ ਕੇ ਲੱਗੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਇਸ ਕੰਮ 'ਚ ਢਿੱਲ ਨਹੀਂ ਹੋਣ ਦੇਣੀ। ਪਰ ਕਿਤੇ ਨਾ ਕਿਤੇ ਵਾਕਿਆ ਜੇ ਹੋ ਜਾਂਦੇ ਨੇ, ਉਦੋਂ ਮੈਂ ਸਮਝਣਾ ਵੀ ਇਹ ਕੁਛ ਵੀ ਗਿੱਲ ਹੋ, ਇਹਦੇ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਜਿਹੜੀ ਕੋਈ ਢਿੱਲ ਮੱਟ ਹੋ ਗਈ। ਸੋ ਕਿਤੇ ਨਾ ਕਿਤੇ ਹੋ ਵੀ ਜਾਂਦੀ ਆ, ਇਹਦੇ ਨਾਲ ਮੈਂ ਇਹ ਨਹੀਂ, ਤੁਹਾਡੇ ਨਾਲ ਕੋਈ ਮੈਂ ਇਹਦੇ ਬਾਰੇ ਕੋਈ ਕਾਂ ਵੀ ਨਹੀਂ ਹੋ ਸਕਦੀ, ਕਿਤੇ ਨਾ ਕਿਤੇ ਹੋ ਜਾਂਦੀ ਆ। ਇੰਨੇ ਇੰਤਜ਼ਾਮ ਕਰਨ ਦੇ ਬਾਵਜੂਦ ਵੀ ਹੋ ਗਈ, ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ। ਸੀ ਐੱਮ ਸਾਹਿਬ ਨੇ ਉਸ ਵੇਲੇ, ਡੀ ਜੀ ਪੀ ਵੀ ਆ ਰਹੇ ਨੇ, ਹੋਮ ਸੈਕਟਰੀ ਵੀ ਆ ਰਹੇ ਨੇ, ਹੁਣੇ ਪਹੁੰਚਗੇ ਨੇ ਏਅਰਪੋਰਟ 'ਤੇ। ਸੋ ਸਾਰੇ ਸੀਨੀਅਰ ਅਫਸਰ ਜਿਹੜੇ ਨੇ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ, ਸ਼ਾਮਾਂ ਤੱਕ ਕਲੀਅਰ ਹੋ ਜਾਏਗਾ ਕਿ ਇਹਦੇ ਮਗਰ ਕੀ ਹੱਥ ਆ। ਸੋ ਸਰਕਾਰ ਵੱਲੋਂ ਜਿਹੜਾ ਇਹ ਦੁਰਘਟਨਾ ਹੋਈ ਆ, ਬਹੁਤ ਮਾੜਾ ਅਤੇ ਬੜਾ ਦੁੱਖ ਸੀ ਐੱਮ ਸਾਹਿਬ ਵੱਲੋਂ ਕੀਤਾ ਗਿਆ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਆ ਕਿ ਪੰਜਾਬ 'ਚ ਜੀ ਘਟਨਾ ਜਿਹੜੀ ਆ ਹੋਈ ਆ। ਸੋ ਇਹਦੇ ਵਾਸਤੇ ਜਿਹੜੇ ਹੁਣ ਸਾਡੀਆਂ ਕੀਮਤੀ ਜਾਨਾਂ ਗਈਆਂ, ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 5-5 ਲੱਖ ਰੁਪਈਆ ਸੀ ਐੱਮ ਸਾਹਿਬ ਵੱਲੋਂ ਕਿਹਾ ਗਿਆ। ਨਾਲ ਹੀ ਸਾਰਾ ਜਿਹੜਾ ਹਸਪਤਾਲਾਂ 'ਚ ਇਲਾਜ ਆ, ਜਿਹੜੇ ਇੰਜਰਡ ਹੋਏ ਨੇ ਉਹ ਫ੍ਰੀ, ਜਿਹੜਾ ਉਹਨਾਂ ਕਹਿਤਾ, ਸਾਰੇ ਲੱਗੇ ਨੇ। ਸਾਡੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਨੇ, ਸਾਡਾ ਪ੍ਰਸ਼ਾਸਨ ਲੱਗਾ। ਸੋ ਮੈਂ ਸਮਝਣਾ ਵੀ ਹੁਣ ਜੋ ਹੋ ਗਿਆ ਉਹਦਾ ਧਿਆਨ ਜਿਹੜਾ ਉਹ ਸਾਰਾ ਰੱਖਿਆ ਜਾ ਰਿਹਾ। ਸੋ ਜੇ ਕੋਈ ਚੂਕ ਹੋਈ ਵੀ ਆ ਜਾਂ ਕੋਈ ਕਮੀ ਪੇਸ਼ੀ ਹੋਈ ਆ, ਸੋ ਸਰਕਾਰ ਫਿਰ ਲੱਗੀ ਆ ਕਿ ਉਹ ਵੇਖ ਰਹੇ ਨੇ ਸੀ ਐੱਮ ਸਾਹਿਬ ਕਿ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ। ਸੋ ਇਹਦੇ ਬਾਰੇ ਵੀ ਸਾਰਾ ਕੁਝ ਵੇਖਿਆ ਜਾ ਰਿਹਾ, ਛੇਤੀ ਪਤਾ ਲੱਗ ਜੂ ਵੀ ਇਹਦੇ ਮਗਰ ਕਿਹਦਾ ਹੱਥ ਹੈ। ਧੰਨਵਾਦ। ਸੋ ਇਹ ਨੇ ਕੈਬਨਿਟ ਮੰਤਰੀ ਓਪੀ ਸੋਨੀ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੰਤਜ਼ਾਮ ਪੂਰੇ ਕੀਤੇ ਗਏ ਸੀ ਕਿਉਂਕਿ ਪੰਜਾਬ ਦੇ ਵਿੱਚ ਹਾਈ ਅਲਰਟ ਸੀ, ਪਰ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਤੇ ਨਾ ਕਿਤੇ ਢਿੱਲ ਮੱਠ ਜਿਹੜੀ ਆ ਉਹ ਰਹਿ ਜਾਂਦੀ ਆ। ਅਤੇ ਇੱਥੇ ਉਹਨਾਂ ਨੇ ਇਹ ਵੀ ਚੀਜ਼ ਕਬੂਲੀ ਆ ਕਿ ਹਾਂ, ਢਿੱਲ ਮੱਠ ਰਹੀ ਹੈ ਅਤੇ ਇਹ ਘਟਨਾ ਵਾਪਰੀ ਹੈ। ਅਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਢਿੱਲ ਮੱਠ ਦਾ ਨਤੀਜਾ ਉਹਨਾਂ ਲੋਕਾਂ ਨੂੰ ਹੀ ਭੁਗਤਣਾ ਪਵੇਗਾ ਕਿ ਜਾਂ ਫਿਰ ਸਰਕਾਰ ਨੂੰ ਭੁਗਤਣਾ ਪਵੇਗਾ। ਕੈਮਰਾਮੈਨ ਹਰਜਿੰਦਰ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV।